ਕੁੜੀ ਹਰਿਆਣੇ ਵਾਲ ਦੀ ਫਿਲਮ ਦੇ ਰਿਲੀਜ਼ ਹੋਣ ਵਿੱਚ ਕੁਝ ਹੀ ਦਿਨ ਰਹਿ ਗਏ ਨੇ ਤੇ ਇਸ ਫਿਲਮ ਦੇ ਪ੍ਰਮੋਸ਼ਨਸ ਨੂੰ ਵੀ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ। ਇਸੇ ਦੌਰਾਨ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਵੱਲੋਂ ਕੁਝ ਖਾਸ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਨੇ। ਐਮੀ ਵਿਰਕ ਤੇ ਸੋਨਮ ਬਾਜਵਾ ਦੇ ਵੱਲੋਂ ਕੋਲਾਬੋਰੇਸ਼ਨ ਦੇ ਵਿੱਚ ਰੀਸੈਂਟਲੀ 6 ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਇਹਨਾਂ ਤਸਵੀਰਾਂ ਦੇ ਵਿੱਚ ਸਾਨੂੰ ਐਮੀ ਵਿਰਕ ਤੇ ਸੋਨਮ ਬਾਜਵਾ ਦੋਵੇਂ ਇਕੱਠੇ ਨਜ਼ਰ ਆ ਰਹੇ ਨੇ ਤੇ ਇਹਨਾਂ ਤਸਵੀਰਾਂ ਨੂੰ ਅਲੱਗ ਅਲੱਗ ਐਕਸਪ੍ਰੈਸ਼ਨਸ ਦੇ ਵਿੱਚ ਅਲੱਗ ਅਲੱਗ ਐਕਸ਼ਨਸ 'ਚ ਖਿਚਵਾਇਆ ਗਿਆ ਹੈ ਸੋਨਮ ਬਾਜਵਾ ਤੇ ਐਮੀ ਵਿਰਕ ਦੇ ਵੱਲੋਂ। ਤਸਵੀਰਾਂ ਦੇ ਜ਼ਰੀਏ ਇਹਨਾਂ ਦੀ ਦੋਸਤੀ ਖਾਸ ਝਲਕਦੀ ਹੈ ਤੇ ਨਾਲ ਹੀ ਦਰਸ਼ਕਾਂ ਨੂੰ ਐਕਸਾਈਟਿਡ ਵੀ ਕਰਦੀਆਂ ਨੇ ਤਸਵੀਰਾਂ ਕੁੜੀ ਹਰਿਆਣੇ ਵਾਲ ਦੀ ਫਿਲਮ ਨੂੰ ਵੇਖਣ ਦੇ ਲਈ। ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਵੈਲ, ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਵੱਲੋਂ ਐਮੀ ਵਿਰਕ ਤੇ ਜੈਸਮਿਨ ਅਖਤਰ ਦਾ ਗੀਤ ਤੇਰੀਆਂ ਮੇਰੀਆਂ ਗੱਲਾਂ ਵੀ ਪਲੇ ਕੀਤਾ ਗਿਆ ਹੈ ਤੇ ਇਸ ਗੀਤ ਨੂੰ ਵੀ ਲੋਕ ਕਾਫੀ ਪਸੰਦ ਕਰ ਰਹੇ ਨੇ ਤੇ ਇਹਨਾਂ ਤਸਵੀਰਾਂ ਤੇ ਕਾਫੀ ਸਾਰੇ ਫੈਨਸ ਨੇ ਲਾਈਕਸ ਕੀਤੇ ਨੇ, ਕਮੈਂਟਸ ਕੀਤੇ ਨੇ। ਸੋ ਇਹਨਾਂ ਤਸਵੀਰਾਂ ਲਈ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਉੱਥੇ ਹੀ ਜੇਕਰ ਇਹਨਾਂ ਦੀ ਆਉਣ ਵਾਲੀ ਫਿਲਮ ਕੁੜੀ ਹਰਿਆਣੇ ਵੱਲ ਦੀ ਗੱਲ ਕਰੀਏ ਤੇ ਇਹ ਫਿਲਮ ਜਲਦੀ ਹੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਦਰਸ਼ਕਾਂ ਦੇ ਵੱਲੋਂ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਜੇਕਰ ਅਸੀਂ ਇਸ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤੇ ਸਾਨੂੰ ਕੁੜੀ ਹਰਿਆਣੇ ਵੱਲ ਦੀ ਫਿਲਮ ਦੇ ਵਿੱਚ ਕਈ ਸਾਰੇ ਮਜੇ ਹੋਏ ਕਲਾਕਾਰ ਨਜ਼ਰ ਆਉਣ ਵਾਲੇ ਨੇ। ਇਸ ਦੇ ਨਾਲ ਹੀ ਜੇਕਰ ਮੇਨ ਲੀਡਿੰਗਸ ਦੀ ਗੱਲ ਕਰੀਏ ਤੇ ਫਿਲਮ ਦੇ ਵਿੱਚ ਸਾਨੂੰ ਐਮੀ ਵਿਰਕ ਤੇ ਸੋਨਮ ਬਾਜਵਾ ਮੇਨ ਲੀਡ ਪਲੇ ਕਰਦੇ ਹੋਏ ਨਜ਼ਰ ਆਉਣ ਵਾਲੇ ਨੇ ਤੇ ਇਸ ਦੇ ਨਾਲ ਹੀ ਐਮੀ ਵਿਰਕ ਤੇ ਸੋਨਮ ਬਾਜਵਾ ਲੀਡਿੰਗ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਅਜੇ ਹੁੱਡਾ, ਯੋਗਰਾਜ ਸਿੰਘ, ਯਸ਼ਪਾਲ ਸ਼ਰਮਾ, ਹਰਦੀਪ ਗਿੱਲ, ਹਨੀ ਮੱਟੂ, ਸੀਮਾ ਕੌਸ਼ਲ, ਮਹਾਬੀਰ ਪੁੱਲਰ, ਦੀਦਾਰ ਗਿੱਲ, ਮਨਪ੍ਰੀਤ ਡੋਲੀ ਐਂਡ ਮਿੰਟੂ ਕਾਪਾ। ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ ਰਾਕੇਸ਼ ਧਵਨ ਦੇ ਵੱਲੋਂ ਤੇ ਖਾਸ ਗੱਲ ਇਹ ਹੈ ਕਿ ਇਸ ਫਿਲਮ ਦੇ ਰਾਈਟਰ ਵੀ ਵਨ ਐਂਡ ਓਨਲੀ ਰਾਕੇਸ਼ ਧਵਨ ਹੀ ਨੇ। ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਪਵਨ ਗਿੱਲ, ਅਮਨ ਗਿੱਲ ਐਂਡ ਸਨੀ ਗਿੱਲ ਦੇ ਵੱਲੋਂ। ਸੋ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਜੀ ਰਮਾਰਾ ਫਿਲਮਸ ਤੇ ਇਹ ਫਿਲਮ ਜ਼ਿਆਦਾ ਲੰਬਾ ਇੰਤਜ਼ਾਰ ਨਹੀਂ ਕਰਵਾਉਣ ਵਾਲੀ ਬਲਕਿ ਅਗਲੇ ਹਫ਼ਤੇ ਯਾਨੀ ਕਿ ਨੈਕਸਟ ਫਰਾਈਡੇ 14th June 2024 ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗਣ ਵਾਲੀ ਹੈ। ਕਿੰਨੇ ਐਕਸਾਈਟਿਡ ਹੋ ਕੁੜੀ ਹਰਿਆਣੇ ਵੱਲ ਦੀ ਫਿਲਮ ਨੂੰ ਵੱਡੀਆਂ ਸਕਰੀਨਸ ਤੇ ਵੇਖਣ ਦੇ ਲਈ ਕਮੈਂਟ ਕਰਕੇ ਦੱਸ ਸਕਦੇ ਹੋ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ, ਵੀਡੀਓ ਤੇ ਇੰਟਰਵਿਊਜ਼ ਦੇ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਇਹ ਦੱਸਣਾ ਬਿਲਕੁਲ ਨਾ ਭੁੱਲਣਾ ਕਿ ਐਮੀ ਵਿਰਕ ਤੇ ਸੋਨਮ ਬਾਜਵਾ ਦੀਆਂ ਜੋ ਫਿਲਮਾਂ ਹੁਣ ਤੱਕ ਰਿਲੀਜ਼ ਹੋਈਆਂ ਨੇ ਉਹਨਾਂ ਵਿੱਚੋਂ ਤੁਹਾਡੀ ਫੇਵਰੇਟ ਫਿਲਮ ਕਿਹੜੀ ਹੈ। ਸੋ ਦੈਟਸ ਇਟ ਫੋਰ ਨਾਓ। ਫੋਰ ਮੋਰ ਅਪਡੇਟਸ ਸਟੇ ਟਿਊਨਡ ਟੂ ਦੇਸੀ ਚੈਨਲ।